ਇਹ ਜਿਹੜਾ ਜੀ ਸਾਡਾ ਦਿੱਲੀ ਆਪਣਾ ਸ਼ੰਭੂ ਬਾਰਡਰ 'ਤੇ ਅਤੇ ਹਰਿਆਣੇ ਦੇ ਦੋਵਾਂ ਦੂਜਿਆਂ ਬਾਰਡਰਾਂ 'ਤੇ ਜਿਹੜਾ ਅੰਦੋਲਨ ਚੱਲ ਰਿਹਾ ਵਾ, ਉਹਦੇ 'ਚ ਸਾਡੀਆਂ ਜਿਹੜੀਆਂ ਮੰਗਾਂ ਵਾ, ਸੈਂਟਰ ਸਰਕਾਰ ਮੰਗਾਂ ਨਹੀਂ ਮੰਨ ਰਹੀ। ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਵਾ। ਪਹਿਲਾਂ ਸਾਡੇ ਉੱਥੇ ਲਖੀਰਪੁਰ ਖੀਰੀ ਦੇ ਵਿੱਚ ਕਿਸਾਨਾਂ 'ਤੇ ਗੱਡੀਆਂ ਚੜ੍ਹਾਈਆਂ ਗਈਆਂ ਸੀ, ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ BJP ਵੱਲੋਂ ਜਿਹੜੇ ਦੋਸ਼ੀ ਆ, ਅਤੇ ਹੁਣ ਸਾਡੇ ਸ਼ੁਭ ਘਰ ਨੂੰ ਜਿਹੜਾ ਵਾ ਉਹ ਵੀ ਇਨਸਾਫ ਨਹੀਂ ਗਾ ਦਿੱਤਾ ਗਿਆ। ਉਹਦਾ ਕਰਕੇ ਅਸੀਂ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਆਪਣਾ ਸੰਯੁਕਤ ਕਿਸਾਨ ਮੋਰਚਾ ਨੌਨ ਪੋਲੀਟੀਕਲ ਵੱਲੋਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਐਲਾਨ ਕੀਤਾ ਹੋਇਆ ਵਾ ਵੀ ਪਿੰਡਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਬਾਈਕਾਟ ਕਰਾਂਗੇ, ਇਹਨਾਂ ਦਾ ਵਿਰੋਧ ਕਰਾਂਗੇ BJP ਦਾ। ਉਹਦੇ ਤਹਿਤ ਜਿਹੜਾ ਅਸੀਂ ਅੱਜ ਆਪਣਾ ਰੋਸ ਮਾਰਚ ਆ ਜਿਹੜਾ ਉਹ ਕਰ ਰਹੇ ਹਾਂ। ਇਹ ਪ੍ਰੋਗਰਾਮ ਤਾਂ ਪਤਾ ਨਹੀਂ ਗਾ ਸਾਨੂੰ ਕੀ ਪ੍ਰੋਗਰਾਮ ਇਹਨਾਂ ਰੱਖਿਆ, ਕੋਈ ਆਪਣਾ ਇਹਨਾਂ ਦਾ ਚੋਣ ਚਾੜ ਦਾ ਕੋਈ ਪ੍ਰੋਗਰਾਮ ਹੋਊਗਾ, ਉਹਦੇ ਕਰਕੇ ਅਸੀਂ ਆਪਣਾ ਜਿਹੜਾ ਰੋਸ ਆ ਉਹ ਰੋਸ ਜਿਤਾ ਰਹੇ ਹਾਂ, ਜੋ ਸਾਡਾ ਕੀਤਾ ਹੋਇਆ ਐਲਾਨ ਇਹਨੂੰ ਭੁਗਤਾ ਰਹੇ ਹਾਂ। ਬਿਲਕੁਲ ਜਾਰੀ ਰਹੂਗਾ ਜੀ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ BJP ਦਾ ਵਿਰੋਧ ਹੈ ਜਿਹੜਾ ਬਿਲਕੁਲ ਜਾਰੀ ਰਹੂਗਾ। ਅੱਜ ਖਡੂਰ ਸਾਹਿਬ ਵਿਧਾਨ ਸਭਾ ਦਾ ਸਾਡਾ ਬੂਥ ਸੰਮੇਲਨ ਸੀ। ਇਹ ਬੂਥ ਸੰਮੇਲਨ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਸਾਡੇ ਚੱਲ ਰਹੇ ਹੈ। ਸੋ ਬੂਥ ਦੇ ਸਾਡੇ ਜਿੰਨੇ ਵਰਕਰ ਹੈ, ਬੂਥ ਦੇ ਸਾਡੇ ਲੀਡਰ ਹੈ, ਉਹਨਾਂ ਨਾਲ ਇਕੱਠੇ ਹੋ ਕੇ ਮਿਲ ਕੇ ਜਿਹੜੀ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਹੈ ਉਹਦੀ ਰਣਨੀਤੀ ਬਣਾਈ ਗਈ ਹੈ, ਉਹਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਸੀ। ਤੇ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਖਡੂਰ ਸਾਹਿਬ ਹਲਕਾ, ਉਹ ਹਲਕਾ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਬੜੀ ਘੱਟ ਗਿਣਤੀ ਸੀ, ਤੇ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਵੇਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਭਰਾ ਇੱਥੇ ਇਕੱਠੇ ਹੋਏ ਹੈ। ਭਾਰਤੀ ਜਨਤਾ ਪਾਰਟੀ ਦੇ ਇੱਕ ਬੈਨਰ ਥੱਲੇ, ਮੋਦੀ ਸਾਹਿਬ ਦੀ ਸੋਚ ਦੇ ਥੱਲੇ, ਤੇ ਇਹਨਾਂ ਇੱਕ ਵਿਸ਼ਵਾਸ ਦਿੱਤਾ ਅੱਜ ਕਿ ਪਿੱਪਲ ਦੇ ਆ ਪੱਤਿਆਂ ਕਾਹਦੀ ਖੜ ਖੜ ਲਾਈ ਹੈ, ਹੁਣ ਸੁੱਕੇ ਪੱਤੇ ਝੜਨਗੇ ਤੇ ਰੁੱਤ ਭਾਰਤੀ ਜਨਤਾ ਪਾਰਟੀ ਦੀ ਆਈ ਹੈ ਪੰਜਾਬ ਦੇ ਵਿੱਚ। ਅੱਜ ਪੰਜਾਬ ਦੇ ਕਿਸਾਨ ਸਮਝ ਚੁੱਕੇ ਆ ਕਿ ਜਿਹੜੇ ਇਹ ਅਖੌਤੀ ਕਿਸਾਨ ਲੀਡਰ ਬਣੇ ਆ ਇਹ ਗੁੰਮਰਾਹ ਕਰ ਰਹੇ ਆ। ਤੁਹਾਡੇ ਜ਼ਰੀਏ ਮੈਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਹੀ ਹਿੰਦੁਸਤਾਨ ਦੇ ਵਿੱਚ ਇੱਕ ਉਹ ਸੂਬਾ ਹੈ ਜਿੱਥੇ MSP ਕਣਕ ਤੇ ਵੀ ਹੈ ਤੇ ਝੋਨੇ ਤੇ ਵੀ ਹੈ। ਹਰ 6 ਮਹੀਨੇ ਬਾਅਦ 40,000 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਹੈ, ਤੇ ਕੋਈ ਇਹੋ ਜਿਹਾ ਦਾਣਾ ਨਹੀਂ ਝੋਨੇ ਦਾ, ਕਣਕ ਦਾ ਜਿਹੜਾ ਚੁੱਕਿਆ ਨਹੀਂ ਜਾਂਦਾ। ਤੇ ਜਿਹੜੀ MSP ਦੀ ਮੰਗ ਕਰਦੇ ਦੇਸ਼ ਲਈ ਕਰਦੇ ਆ। ਮੈਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਜਿੱਦਣ ਦੇਸ਼ 'ਚ MSP ਲਾਗੂ ਹੋਗੀ ਆਪਣੇ ਵੀਰੋ ਦਾਣੇ ਕਿਸੇ ਨੇ ਨਹੀਂ ਚੁੱਕਣੇ, ਫਿਰ ਦਾਣੇ ਮੱਧ ਪ੍ਰਦੇਸ਼ UP ਵਾਲਿਆਂ ਦੇ ਚੁੱਕੇ ਜਾਣੇ, ਆਪਣੇ ਤਾਂ ਦਾਣੇ ਵੀ ਚੁੱਕੇ ਜਾ ਰਹੇ ਹੈ, MSP ਵੀ ਆਪਾਂ ਨੂੰ ਮਿਲ ਰਹੀ ਹੈ, ਡਬਲ ਆਪਣੀ ਇਨਕਮ ਵੀ ਹੋ ਗਈ ਹੈ, ਕਿਸਾਨਾਂ ਦੇ ਖਾਤਿਆਂ 'ਚ ਵੀ ਪੈਸੇ ਆ ਰਹੇ ਹੈ। ਅੱਜ ਦੇਸ਼ ਦੇ ਵਿੱਚ ਫਰਟੀਲਾਈਜ਼ਰ ਯੂਰੀਆ ਦੇਖੋ ਕਿੰਨੀਆਂ ਕੀਮਤਾਂ ਵੱਧ ਗਈਆਂ, ਉਹ ਵੀ ਸਬਸਿਡਾਈਜ਼ ਰੇਟ 'ਤੇ ਆ ਰਿਹਾ, ਨਵੀਆਂ ਟੈਕਨੀਕਾਂ ਨਵੀਆਂ ਸਕੀਮਾਂ ਵੀ ਮੋਦੀ ਸਾਹਿਬ ਲੈ ਕੇ ਆ ਰਹੇ ਹੈ, ਤੇ ਨਵਾਂ ਜਿਹੜਾ ਆਉਣ ਵਾਲਾ ਸਾਡਾ ਮੈਨੀਫੈਸਟੋ ਹੈ, ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹੀ ਹੈ ਕਿ ਆਉਣ ਵਾਲਾ ਸਮਾਂ ਨੌਜਵਾਨ ਦਾ, ਕਿਸਾਨ ਦਾ, ਗਰੀਬ ਦਾ ਤੇ ਭੈਣਾਂ ਦਾ ਹਿੰਦੁਸਤਾਨ ਦੇ ਵਿੱਚ। ਉਹ ਆਉਂਦੇ ਹੁੰਦੇ ਆ ਨਾ ਚੋਰ ਮਚਾਏ ਸ਼ੋਰ, ਆਪ ਵਾਲੇ ਹੁਣ ਸ਼ੋਰ ਮਚਾ ਰਹੇ ਆ। ਉਹ ਆਉਂਦੇ ਸੀ ਬਣਦਾ ਸੀ ਦੇਸ਼ ਦਾ ਲਾਲ ਤੇ ਰਹਿ ਗਿਆ ਸ਼ਰਾਬ ਕਾਰੋਬਾਰੀਆਂ ਦਾ ਦਲਾਲ ਬਣ ਕੇ ਕੇਜਰੀਵਾਲ। ED ਦੀ ਜਿਹੜੀ ਚਾਰਜਸ਼ੀਟ ਸਬਮਿਟ ਹੋਈ ਹੈ ਨਾ ਸੁਪਰੀਮ ਕੋਰਟ ਦੇ ਵਿੱਚ, ਉਹਨੂੰ ਪੜ੍ਹ ਕੇ ਵੇਖੋ, ਉਹਦੇ 'ਚ ਕਲੈਰਿਟੀ ਨਾਲ ਲਿਖਿਆ
ਪੂਰੇ ਸਬੂਤ ਦਿੱਤੇ ਗਏ ਆ ਕਿ ਕਿਵੇਂ ਪੈਸਾ ਦੀ ਮਨੀ ਟ੍ਰੇਲ ਕਿੱਥੋਂ ਆਇਆ, ਕਿਹਦੇ ਕੋਲੇ ਗਿਆ, ਕਿਹੜੇ ਕਿਹੜੇ ਜ਼ਰੀਏ ਪੈਸਾ ਹੈ, ਕਿਹੜੀ ਕਿਹੜੀ ਸਟੇਟ ਦੇ ਵਿੱਚ ਵਰਤਿਆ ਗਿਆ, ਇਹਦੇ ਸਬੂਤ ਹੈ। ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦੀ ਸੋਚ ਲੈ ਕੇ ਚੱਲ ਰਹੀ ਹੈ, ਜੋ ਕੰਮ 67 ਸਾਲਾਂ ਚ ਨਹੀਂ ਸੀ ਹੋਏ ਦੇਸ਼ ਦੇ ਵਿੱਚ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਕਰਕੇ ਦਿਖਾਏ ਆ। ਜਿਹੜੇ ਸੂਬੇ ਚ ਸਰਕਾਰ ਆ ਜੇ ਉੱਥੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਜਾਂਦੀ। ਅੱਜ ਪੰਜਾਬ ਦੇ ਲੋਕ ਵੀ ਵਿਸ਼ਵਾਸ ਕਰ ਰਹੇ ਆ ਤੇ ਮੋਦੀ ਸਾਹਿਬ ਤੇ ਕਰ ਰਹੇ ਆ, ਉਹਨਾਂ ਦੀ ਗਰੰਟੀਆਂ ਤੇ ਕਰ ਰਹੇ ਆ ਕਿ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰ ਸਕਦੇ ਆ, ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਗੈਂਗਸਟਰਵਾਦ ਖਤਮ ਕਰ ਸਕਦਾ ਤੇ ਮੋਦੀ ਸਾਹਿਬ ਕਰ ਸਕਦੇ, ਨਵਾਂ ਰੋਜ਼ਗਾਰ ਨਵਾਂ ਉਭਾਰ ਲੈ ਕੇ ਆ ਸਕਦਾ ਤੇ ਮੋਦੀ ਸਾਹਿਬ ਲਿਆ ਸਕਦੇ, ਪੰਜਾਬ ਦੀ ਇੰਡਸਟਰੀ ਨੂੰ ਲੀਹ ਤੇ ਲਿਆ ਸਕਦੇ ਤੇ ਮੋਦੀ ਸਾਹਿਬ ਲਿਆ ਸਕਦੇ। ਸੋ ਹੁਣ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਲੋਕ ਆਪਣਾ ਜਿਹੜਾ ਕੀਮਤੀ ਵੋਟ ਹੈ ਮੋਦੀ ਸਾਹਿਬ ਨੂੰ, ਮੋਦੀ ਸਾਹਿਬ ਦੀ ਸੋਚ ਨੂੰ, ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਇਕੱਠੇ ਹੋ ਗਏ ਧਲੱਲੇ ਨਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਪਾਉਣ। ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਖਲੋਣਾ, ਉਹਦੇ ਤਹਿਤ ਅੱਜ ਜਿਹੜਾ ਬੂਥ ਸੰਮੇਲਨ ਆ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕੀਤਾ ਗਿਆ ਤੇ ਮੈਂ ਧੰਨਵਾਦੀ ਹਾਂ ਵਰਕਰਾਂ ਦਾ ਵੀ ਕਿ ਅੱਜ ਦਾ ਜਿਹੜਾ ਬੂਥ ਸੰਮੇਲਨ ਆ ਉਹ ਵੀ ਇੱਕ ਰੈਲੀ ਦਾ ਰੂਪ ਧਾਰਨ ਕਰ ਰਿਹਾ। ਮੇਰੇ ਤੋਂ ਪਹਿਲਾਂ ਜਿੱਦਾਂ ਬਰਾੜ ਸਾਹਿਬ ਨੇ ਦੱਸਿਆ ਕਿ ਮੇਰੇ ਸਮੁੱਚੇ ਹੀ ਸਾਰੇ ਜਥੇਬੰਦੀਆਂ ਕਿਸਾਨ ਸਤਿਕਾਰਯੋਗ ਨੇ, ਕਿ ਜੇ ਪਿਛਲੇ 67 ਸਾਲਾਂ ਦੀ ਗੱਲ ਕਰ ਲਈਏ, ਹੁਣ ਸਾਰਾ ਦਿਨ ਨਹੀਂ ਦਿੱਤਾ ਜੋ 10 ਸਾਲਾਂ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨਾਂ, ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿੱਤਾ, ਜਿਹੜੀਆਂ ਵੀ ਪੰਜਾਬ ਦੇ ਪ੍ਰਤੀ ਜ਼ਿੰਮੇਵਾਰੀਆਂ ਸੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਸਾਨ ਪੱਖੀ ਬੜੀ ਸੁਹੇਦਰਤਾ ਦੇ ਨਾਲ ਨਿਭਾਈਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲਈ ਕਿਹੜੀਆਂ ਲਾਭਦਾਇਕ ਹੋਰ ਚੀਜ਼ਾਂ ਨੇ, ਸਾਨੂੰ ਆਸ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਕਿਸਾਨ ਵੀਰਾਂ ਦੀ ਜਿਹੜੀ ਪਹਿਲ ਦੇ ਆਧਾਰ 'ਤੇ ਮੰਗ ਨੂੰ ਪੂਰਾ